ਫਰੈਂਡਸ, ਮੈਂ ਸਰਬਜੀਤ ਕੌਰ, ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਵਿਲੇਜ ਫੂਡ ਫੈਕਟਰੀ 'ਚ, ਜਿਸ ਵਿੱਚ ਅੱਜ ਮੈਂ ਬਣਾ ਰਹੀ ਹਾਂ ਬਹੁਤ ਟੇਸਟੀ ਅਤੇ ਬਹੁਤ ਜ਼ਿਆਦਾ ਯਾਮੀ ਅਰਬੀ ਦੀ ਸਬਜ਼ੀ। ਅਰਬੀ ਦੀ ਸਬਜ਼ੀ ਗਰਮੀ ਆ ਗਈ ਅਤੇ ਸਾਰਿਆਂ ਦੀ ਫੇਵਰੇਟ ਹੁੰਦੀ ਹੈ, ਹਰ ਘਰ ਵਿੱਚ ਅਰਬੀ ਬਣਨੀ ਬਣਨੀ ਹੈ, ਅਤੇ ਅਰਬੀ ਨੂੰ ਥੋੜ੍ਹਾ ਅਲੱਗ ਸਟਾਈਲ ਨਾਲ ਅਤੇ ਬਹੁਤ ਜ਼ਿਆਦਾ ਟੇਸਟੀ ਕਿਸ ਤਰ੍ਹਾਂ ਬਣਾਵਾਂਗੇ ਉਹਦੇ ਵਾਸਤੇ ਪੂਰੀ ਵੀਡੀਓ ਨੂੰ ਵਾਚ ਕਰੋ। ਕਿਲੋ ਮੈਂ ਅਰਬੀ ਲੈ ਰਹੀ ਹਾਂ ਅਤੇ ਅਰਬੀ ਨੂੰ ਛਿੱਲ ਲਾਂਗੇ। ਅਰਬੀ ਨੂੰ ਅੱਜ ਆਪਾਂ ਬਿਲਕੁਲ ਅਲੱਗ ਤਰੀਕੇ ਬਣਾਵਾਂਗੇ ਅਤੇ ਅਰਬੀ ਜਿਹੜੀ ਜਲਦੀ ਤੋਂ ਜਲਦੀ ਬਣ ਜਾਵੇ ਅਤੇ ਨਾਲ ਬਹੁਤ ਜ਼ਿਆਦਾ ਟੇਸਟੀ ਬਣੀ। ਅਤੇ ਨਾਲ ਕਹਿੰਦੇ ਨੇ ਬਾਈਬਾਦੀ ਵਾਲੀ ਬਹੁਤ ਹੁੰਦੀ ਹੈ ਅਤੇ ਇਹਦੀ ਬਾਈਬਾਦੀ ਵੀ ਖਤਮ ਕਰਾਂਗੇ ਆਪਾਂ, ਅਤੇ ਆਪਾਂ ਰਾਤ ਨੂੰ ਵੀ ਤੁਸੀਂ ਯੂਜ ਕਰ ਸਕਦੇ ਹੋ। ਬਾਕੀ ਰਾਤ ਨੂੰ ਜ਼ਿਆਦਾਤਰ ਦੂਸਰੀ ਸਬਜ਼ੀਆਂ ਖਾਧੀ ਜਾਂਦੀ, ਅਰਬੀ ਨੂੰ ਹਰ ਇੱਕ ਬੰਦਾ ਅਵੋਇਡ ਕਰਦਾ, ਅਤੇ ਅਰਬੀ ਨੂੰ ਰਾਤ ਵੀ ਖਾ ਸਕਦੇ ਹੋ। ਜਿਸ ਤਰੀਕੇ ਮੈਂ ਬਣਾਵਾਂਗੀ ਉਸ ਤਰੀਕੇ ਅਗਰ ਬਣਾਓਗੇ ਨਾ ਤਾਂ ਅਰਬੀ ਨੂੰ ਰਾਤ ਵੀ ਖਾਧਾ ਜਾ ਸਕੇਗਾ। ਅਤੇ ਦੇਖਿਓ ਪੂਰੀ ਵੀਡੀਓ ਨੂੰ ਵਾਚ ਕਰਿਓ ਕਿ ਮੈਂ ਅਰਬੀ ਦੀ ਸਬਜ਼ੀ ਕਿਸ ਤਰ੍ਹਾਂ ਬਣਾਵਾਂਗੀ। ਅਰਬੀ ਮੈਂ ਲੰਬੀ ਲੰਬੀ ਕੱਟ ਲਈ ਹੈ ਅਤੇ ਅੱਜ ਮੈਂ ਇਹ ਜਿਵੇਂ ਗੋਲ ਅਰਬੀ ਹੁੰਦੀ ਹੈ ਨਾ, ਗੋਲ ਵੀ ਕੱਟੀ ਜਾਂਦੀ, ਲੇਕਿਨ ਮੈਂ ਲੰਬੀ ਲੰਬੀ ਕੱਟ ਕੇ ਬਣਾਵਾਂਗੀ। ਅਤੇ 5 ਹਰੀ ਮਿਰਚਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੱਧ ਜਾਂ ਘੱਟ ਕਰ ਸਕਦੇ ਹੋ। 2 ਪਿਆਜ਼ ਨੇ ਲੰਬੇ ਲੰਬੇ ਕੱਟਣੇ ਨੇ ਅਤੇ ਸਬਜ਼ੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਾ ਲਈ ਹੈ, ਅਤੇ ਪੂਰੀ ਵੀਡੀਓ ਨੂੰ ਵਾਚ ਕਰਨਾ। ਹੁਣ ਜਿਹੜਾ ਕੜਾਹੀ ਮੈਂ ਚੜਾਤੀ, ਥੋੜ੍ਹਾ ਤੇਲ ਪਾਵਾਂਗੇ, ਇਹਨੂੰ ਗਰਮ ਹੋਣ ਦੇਵਾਂਗੇ। ਹੁਣ ਇਹਦੇ ਵਾਸਤੇ ਜਿਹੜਾ ਮਸਟਰਡ ਓਇਲ ਹੀ ਅੱਛਾ ਲੱਗੇਗਾ, ਮਸਟਰਡ ਓਇਲ ਵਿੱਚ ਜੋ ਇਹ ਅਰਬੀ ਬਣਦੀ ਨਾ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਅਤੇ ਜਿਵੇਂ ਆਪਾਂ ਰਿਫਾਇੰਡ ਓਇਲ ਹੈ, ਉਹ ਜੋ ਵੀ ਤੁਹਾਡਾ ਓਇਲ ਹੋਏਗਾ ਜਿਹਦੇ ਵਿੱਚ ਵੀ ਤੁਸੀਂ ਫਰਾਈ ਕਰਦੇ ਹੋਵੋਗੇ, ਪਰ ਇਹਦੇ ਵਿੱਚ ਇੱਕ ਵਾਰੀ ਮਸਟਰਡ ਓਇਲ ਵਿੱਚ ਫਰਾਈ ਕਰਕੇ ਵੇਖੋ, ਇਹ ਸਬਜ਼ੀ ਦਾ ਨਾ ਸਵਾਦ ਦੁੱਗਣਾ ਹੋ ਜਾਏਗਾ। ਹਿੰਗ ਪਾ ਰਹੀ ਹਾਂ ਇਹਦੇ ਵਿੱਚ, ਹਿੰਗ ਨਾਲ ਜਿਹੜੀ ਬਾਈਬਾਦੀ ਨਹੀਂ ਹੁੰਦੀ ਹੈਗੀ ਇਹ ਅਰਬੀ ਵਿੱਚ, ਤਾਂ ਹਿੰਗ ਜ਼ਰੂਰ ਪਾਇਆ ਕਰੋ। ਅੱਧਾ ਚਮਚ ਅਜਵਾਇਣ ਪਾ ਰਹੀ ਹਾਂ ਅਤੇ ਜੀਰਾ ਵੀ ਅੱਧਾ ਚਮਚ ਪਾ ਰਹੀ ਹਾਂ। ਤੇਲ ਹੋ ਗਿਆ ਵਧੀਆ ਤਰ੍ਹਾਂ ਗਰਮ। ਹੁਣ ਜਿਹੜੀ ਅਰਬੀ ਨਾ ਇਹਨੂੰ ਐਵੇਂ ਫਰਾਈ ਕਰ, ਐਵੇਂ ਫੁੱਲ ਫਲੇਮ 'ਤੇ ਫਰਾਈ ਕਰਾਂਗੇ ਆਪਾਂ। ਕੀ ਹੁੰਦਾ ਅਰਬੀ ਵਿੱਚ ਜੋ ਆਪਾਂ ਹਿੰਗ ਨਹੀਂ ਨਾ ਪਾਉਂਦੇ ਹੈਗੇ, ਅਰਬੀ ਜੋ ਖਾਂਦੇ ਨੇ ਪ੍ਰੋਬਲਮ ਹੋ ਜਾਂਦੀ ਸੀ ਇਹਨੂੰ, ਥੋੜ੍ਹਾ ਖੱਟੇ ਟਕਾਰ ਆਉਣੇ ਸ਼ੁਰੂ ਹੋ ਜਾਂਦੇ ਆ। ਅਤੇ ਜੇ ਇਸ ਤਰ੍ਹਾਂ ਇਸ ਤਰੀਕੇ ਨਾਲ ਅਰਬੀ ਬਣਾਓਗੇ ਨਾ ਤਾਂ ਇਹ ਜਿਹੜੀ ਪ੍ਰੋਬਲਮ ਆਉਂਦੀ ਨਾ ਉਹ ਬਿਲਕੁਲ ਨਹੀਂ ਹੋਏਗੀ। ਇਹਨੂੰ ਵਧੀਆ ਤਰ੍ਹਾਂ ਆਪਾਂ ਲਾਲ ਕਰ ਲਾਂਗੇ। ਹੁਣ ਇਹਨੂੰ ਵਧੀਆ ਤਰ੍ਹਾਂ ਅਲਟ ਪਲਟ ਕਰਕੇ ਇਹਨੂੰ ਲਾਲ ਹੋਣ ਦੇਵਾਂਗੇ। ਹਾਈ ਫਲੇਮ 'ਤੇ ਕਰਨਾ ਸਾਰਾ ਕੰਮ। ਗਰਮੀ ਦਾ ਮੌਸਮ ਆਇਆ, ਬਹੁਤ ਸਾਰੇ ਜਿਹੜੇ ਵਿਊਵਰਸ ਹੁੰਦੇ ਨੇ ਉਹਨਾਂ ਦੀ ਫੇਵਰੇਟ ਹੁੰਦੀ ਅਰਬੀ ਦੀ ਸਬਜ਼ੀ, ਪਰ ਕਈ ਵਾਰੀ ਹੋਇਆ ਹੁੰਦਾ ਨਾ ਕਿ ਅਰਬੀ ਦੀ ਸਬਜ਼ੀ ਬਣਾਉਣ ਦੇ ਤਰੀਕੇ ਅਲੱਗ ਅਲੱਗ ਹੋ ਜਾਂਦੇ ਨੇ। ਕਈ ਤਰੀਕਿਆਂ ਦੇ ਨਾਲ ਤਾਂ ਅਰਬੀ ਸਬਜ਼ੀ ਬਣਾਈ ਦੀ ਹੈ ਉਹਦੇ ਨਾਲ ਅੱਛੀ ਨਹੀਂ ਬਣਦੀ ਹੈ, ਕਈ ਤਰੀਕਿਆਂ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਜਿਹੜੇ ਇਹ ਵਾਲਾ ਤਰੀਕਾ ਨਾ ਇਹਦੇ ਨਾਲ ਬਹੁਤ ਜ਼ਿਆਦਾ ਯੰਮੀ ਬਣਦੀ, ਜਿਹਨੂੰ ਨਹੀਂ ਵੀ ਅਰਬੀ ਪਸੰਦ ਨਾ ਉਹ ਵੀ ਜ਼ਰੂਰ ਖਾਏਗਾ ਅਰਬੀ ਇੱਕ ਵਾਰੀ। ਕਿਉਂਕਿ ਕੁਛ ਜਿਵੇਂ ਹੁੰਦੇ ਨਾ, ਕੁਛ ਨੂੰ ਮੈਂ ਵੇਖਿਆ ਕਿ ਅਰਬੀ ਨਾ ਖੜੀ 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 ਖਿਲੀ ਖਿਲੀ ਰਹੇ, ਇਹਦੇ ਕਰਕੇ ਕੱਚੀ ਵੀ ਕਈ ਵਾਰ ਪ੍ਰੈਜੈਂਟ ਕਰ ਦਿੰਦੇ। ਮੈਂ ਬਹੁਤ ਸਾਰੇ ਲੋਕਾਂ ਨੇ ਵੇਖਿਆ ਉਹ ਕੱਚੀ ਹੁੰਦੀ ਅਰਬੀ, ਉਹ ਕੱਚੀ ਅਰਬੀ ਨਾ ਫਿਰ ਗਲੇ ਵਿੱਚ ਲੱਗਦੀ ਹੈ ਨਾ ਅਤੇ ਉਹ ਜਿਹੜੀ ਖਾਦ ਕਰਦੀ ਹੈ, ਅਤੇ ਬਹੁਤ ਸਾਰੇ ਬੱਚੇ ਜਿਹੜੇ ਇਸੇ ਚੱਕਰ ਵਿੱਚ ਨਹੀਂ ਖਾਂਦੇ ਨੇ। ਐਵੇਂ ਅਰਬੀ ਫਰਾਈ ਕਰਕੇ ਬਣਾਉਂਗੇ, ਇੱਕ ਤਾਂ ਅਰਬੀ ਖਿੜੀ ਖਿੜੀ ਵੀ ਬਣੇਗੀ ਅਤੇ ਇੱਕ ਅਰਬੀ ਕੱਚੀ ਵੀ ਨਹੀਂ ਬਣੇਗੀ।
ਅਰਬੀ ਕੁਛ ਹੱਦ ਤੱਕ ਫਰਾਈ ਹੋ ਚੁੱਕੀ ਹੈ ਅਤੇ ਹੁਣ ਇਹਦੇ ਵਿੱਚ ਮੈਂ ਮਸਾਲੇ ਪਾਵਾਂਗੀ, ਫਲੋਇਮ ਕਰ ਦਾਂਗੀ ਮੈਂ ਸਲੋ। ਤਾਂ ਚਮਚ ਆਮਚੂਰ ਮਸਾਲਾ, ਨਮਕ ਅਕੋਰਡਿੰਗ ਟੂ ਟੇਸਟ ਲੈ ਲੈਣਾ, ਮੈਂ ਇੱਕ ਚਮਚ 'ਚ ਪਾ ਰਹੀ ਹਾਂ ਪੂਰਾ, ਅੱਧਾ ਚਮਚ ਹਲਦੀ, ਅੱਧਾ ਚਮਚ ਲਾਲ ਮਿਰਚ, ਹੁਣ ਇਹਨਾਂ ਦੇ ਨਾਲ ਹੀ ਹਰੀ ਮਿਰਚ ਅਤੇ ਪਿਆਜ਼ ਪਾ ਦਾਂਗੇ। ਪਿਆਜ਼ ਅਤੇ ਹਰੀ ਮਿਰਚ ਮੈਂ ਲਾਸਟ ਵਿੱਚ ਕਿਉਂ ਪਾਇਆ, ਕਿਉਂਕਿ ਜਿਹੜੇ ਪਿਆਜ਼ ਨੇ ਨਾ, ਪਿਆਜ਼ ਆਪਣਾ ਪਾਣੀ ਛੱਡਦੇ ਨੇ ਜਦੋਂ ਵੀ ਪੱਕਣਾ ਸ਼ੁਰੂ ਕਰਦੇ ਨਾ, ਪਿਆਜ਼ ਪਹਿਲਾਂ ਆਪਣਾ ਪਾਣੀ ਛੱਡਦੇ ਨੇ, ਅਤੇ ਇਸ ਕਰਕੇ ਜਿਹੜਾ ਪਿਆਜ਼ ਦੇ ਪਾਣੀ ਦੇ ਨਾਲ ਹੀ ਆਪਣੇ ਮਸਾਲੇ ਜਿਹੜੇ ਪੱਕ ਜਾਣਗੇ ਅਤੇ ਮਸਾਲੇ ਜਿਹੜੇ ਨੀਚੇ ਵੀ ਨਹੀਂ ਲੱਗਣਗੇ। ਅਤੇ ਹੁਣ ਜਿਹੜੇ ਇਸ ਓਇਲ ਵਿੱਚ ਹੀ ਆਪਾਂ ਅਲੱਗ ਤੋਂ ਨਹੀਂ ਫਰਾਈ ਕੀਤਾ, ਇਸ ਓਇਲ ਵਿੱਚ ਹੀ ਆਪਣੀ ਅਰਬੀ ਵੀ ਪੱਕ ਜਾਣੀ ਹੈ ਅਤੇ ਇਸ ਓਇਲ ਵਿੱਚ ਆਪਣੇ ਪਿਆਜ਼ ਅਤੇ ਹਰੀ ਮਿਰਚ ਵੀ ਪੱਕ ਜਾਣੀ ਅਤੇ ਨਾਲੇ ਮਸਾਲੇ ਵੀ ਪੱਕ ਜਾਣੇ। ਹੁਣ ਇੱਥੇ ਜਿਹੜਾ ਮੀਡੀਅਮ ਸੇਕ ਹੈ, ਜ਼ਿਆਦਾ ਹਾਈ ਫਲੇਮ ਨਹੀਂ ਹੈਗਾ, ਹੁਣ ਇਹਨੂੰ ਇੱਕ ਵਾਰੀ ਦੋ ਵਾਰੀ ਆਪਾਂ ਐਵੇਂ ਹਰਾਉਂਦੇ ਰਹਾਂਗੇ ਜਦੋਂ ਤੱਕ ਤੁਸੀਂ ਪਿਆਜ਼ ਆਪਣਾ ਪਾਣੀ ਨਹੀਂ ਛੱਡ ਦਿੰਦੇ ਹੈਗੇ। ਦਹੀਂ ਦੇ ਨਾਲ ਤੇ ਅਰਬੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ, ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਅਰਬੀ ਨਾ। ਹੁਣ ਇੱਕ ਮੈਂ ਰਾਇਤਾ ਵੀ ਬਣਾਵਾਂਗੀ, ਗਰਮੀਆਂ ਦਾ ਰਾਇਤਾ ਸਪੈਸ਼ਲ, ਗਰਮੀਆਂ ਦਾ ਰਾਇਤਾ ਹੁੰਦਾ ਹੈ, ਇੱਕ ਤਾਂ ਘੀਆ ਦਾ ਰਾਇਤਾ ਬਹੁਤ ਫੇਮਸ ਹੈ ਨਾ, ਘੀਆ ਦਾ ਰਾਇਤਾ ਤਾਂ ਪਾਉਣਾ ਹੀ ਪੈਣਾ, ਅਤੇ ਇੱਕ ਜਿਹੜਾ ਇੱਕ ਹੋਰ ਰਾਇਤਾ ਉਹ ਵੀ ਬਹੁਤ ਫੇਮਸ ਹੈ, ਹੋਰ ਰਾਇਤਾ ਮੈਂ ਇੱਕ ਦੋ ਦਿਨਾਂ ਵਿੱਚ ਵੀ ਆਪਣਾ ਔਡਰ ਕਰ ਦਾਂਗੀ। ਹੁਣ ਦੇਖੋ ਤੁਸੀਂ ਇੱਥੇ ਜਿਹੜਾ ਮਸਾਲਾ ਨਾ ਨੀਚੇ ਨਹੀਂ ਬਿਲਕੁਲ ਹੀ ਚਿਪਕ ਰਿਹਾ, ਅਤੇ ਮਸਾਲਾ ਇਹਦੇ ਉੱਤੇ ਅਰਬੀ 'ਤੇ ਵਧੀਆ ਤਰ੍ਹਾਂ ਸਪਰੈਡ ਹੋ ਗਿਆ, ਕੋਈ ਚੱਕਰ ਹੈ ਕਿ ਜਿਹੜਾ ਆਪਾਂ ਇਹਦੇ ਵਿੱਚ ਪਿਆਜ਼ ਪਾ ਦੇ ਵਿੱਚ ਪਾਏ ਨੇ, ਇਸ ਕਰਕੇ ਅਰਬੀ ਦੇ ਲੱਗਣ ਦਾ ਨੌ ਚਾਂਸ ਹੋ ਜਾਂਦੇ ਨੇ। ਹੁਣ ਜਿਹੜੇ ਆ ਜਿਹੜੇ ਪਿਆਜ਼ ਨੇ ਨਾ, ਪਿਆਜ਼ ਬਹੁਤ ਸੋਹਣੇ ਪੱਕਦੇ ਨੇ, ਇੱਕ ਤਾਂ ਆਪਾਂ ਪਿਆਜ਼ ਪਹਿਲਾਂ ਭੁੰਨ ਲੈਂਦੇ ਨਾ, ਉਹ ਥੋੜ੍ਹਾ ਹੋਰ ਸਟਾਈਲ ਨਾਲ ਪੱਕਦੇ, ਅਤੇ ਇੱਕ ਜਿਹੜਾ ਪਿਆਜ਼ ਇਹ ਵਾਲੇ ਪਿਆਜ਼ ਪੱਕਦੇ ਨੇ ਇਹ ਹੋਰ ਸਟਾਈਲ ਨਾਲ ਪੱਕਦੇ, ਇਹਨਾਂ ਦਾ ਟੇਸਟ ਹੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ। ਇੱਕ ਹੀ ਸਬਜ਼ੀ ਨੂੰ ਇੱਕ ਤਰੀਕੇ ਪਕਾਵਾਂਗੇ ਨਾ, ਅਤੇ ਜੇ ਘਰ ਵਾਲੇ ਵੀ ਬੋਰ ਹੋ ਜਾਂਦੇ ਨੇ ਕਿ ਇੱਕ ਹੀ ਸਬਜ਼ੀ ਹੈ ਇਸੇ ਤਰੀਕੇ ਬਣਾ ਕੇ ਖਵਾਉਂਦੇ, ਜੇ ਇੱਕ ਹੀ ਸਬਜ਼ੀ ਨੂੰ ਆਪਾਂ 10 ਤਰੀਕਿਆਂ ਨਾਲ ਬਣਾਵਾਂਗੇ ਨਾ, ਅਤੇ ਸਾਰੀ ਜਿਹੜੀ ਫੈਮਿਲੀ ਦੇ ਨਾ ਉਹ ਫੇਵਰੇਟ ਵੀ ਬਣੀ ਰਹਿੰਦੀ ਹੈ, ਅਤੇ ਉਹ ਉਸ ਚੀਜ਼ ਤੋਂ ਬੋਰ ਵੀ ਨਹੀਂ ਹੁੰਦੇ ਹੈਗੇ। ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਸ਼ਾਈਨੀ ਸ਼ਾਈਨੀ ਹੋ ਗਈ ਅਰਬੀ, ਅਤੇ ਹੁਣ ਇਹਨੂੰ ਮੈਂ ਥੋੜ੍ਹੀ ਦੇਰ ਸਟੀਮ ਵਿੱਚ ਪਕਾ ਦੂੰਗੀ, ਠੀਕ ਹੈ। ਮੀਡੀਅਮ ਫਲੇਮ 'ਤੇ ਹੀ ਆਪਾਂ ਹਜੇ ਕੁੱਕ ਕਰਾਂਗੇ ਇਹਨੂੰ, ਹੁਣ ਇੱਕ ਵਾਰੀ ਚੈੱਕ ਕਰ ਲੈਂਦੇ ਹਾਂ। ਹਾਏ ਸਬਜ਼ੀ ਵੇਖੋ ਕਿੱਡੀ ਸੋਹਣੀ ਬਣ ਕੇ ਤਿਆਰ ਹੋਈ ਹੈ, ਐਂ ਕਰੰਚੀ ਕਰੰਚੀ ਵਧੀਆ ਜੀ, ਸੌਫਟ ਸੌਫਟ ਸਬਜ਼ੀ, ਟੇਸਟੀ ਜੀ, ਵੇਖਣ ਵਿੱਚ ਵੀ ਬੜੀ ਸੋਹਣੀ ਲੱਗਦੀ ਪਈ ਨਾ। ਹੁਣ ਇਹਨੂੰ ਥੋੜ੍ਹਾ ਗਾਰਨਿਸ਼ ਕਰ ਦਾਂਗੇ ਆਪਾਂ ਧਨੀਏ ਦੇ ਨਾਲ। ਛਿੱਜੀ ਛਿੱਜੀ ਹੋਰ ਕਰਨੀ ਆ ਧਨੀਆ। ਹੁਣ ਜਿਹੜੇ ਇਹਨੂੰ ਸਬਜ਼ੀ ਨੂੰ ਭਾਵੇਂ ਪਰਾਂਠਾ ਨਾ ਖਾਓ, ਭਾਵੇਂ ਨਾਨ ਨਾ ਖਾਓ, ਭਾਵੇਂ ਤੰਦੂਰੀ ਰੋਟੀ ਨਾ ਖਾਓ, ਸਬਜ਼ੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਲੱਗਣ ਵਾਲੀ ਹੈ। ਹੁਣ ਗਰਮੀ ਦਾ ਟਾਈਮ, ਇਹਦੇ ਨਾਲ ਲੱਸੀ ਜ਼ਰੂਰ ਲੈ ਲੈਣਾ, ਲੱਸੀ ਜ਼ਿਆਦਾ ਟੇਸਟ ਹੋ ਗਿਆ, ਟੇਸਟੀ ਲੱਗਦੀ ਹੈ। ਅਤੇ ਹੁਣ ਜਿਹੜੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ, ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਕਰੋ, ਨਾਲੇ ਕਮੈਂਟ ਜ਼ਰੂਰ ਕਰਿਆ ਕਰੋ, ਉਹਦੇ ਨਾਲ ਜਿਹੜੀ ਵੀਡੀਓ ਵਿੱਚ ਇੱਕ ਬੂਸਟ ਆ ਜਾਂਦਾ ਹੈ, ਅਤੇ ਨਾਲੇ ਜਿਹੜੇ ਵੀਡੀਓ ਨੂੰ ਆਪਣੇ ਵਟਸਐਪ 'ਤੇ ਅਤੇ ਫੇਸਬੁੱਕ ਦੇ ਸਟੇਟਸ 'ਤੇ ਲਗਾ ਦਿਆ ਕਰੋ। ਦੇਖਿਆ ਬਣੀ ਹੈ ਨਾ ਖਿੜੀ ਖਿੜੀ ਵਧੀਆ ਤਰ੍ਹਾਂ ਸਬਜ਼ੀ, ਖਾਣੀ ਹੈ।
ਦਤੀ ਕਾਇਕਾ ਭੁੱਖ ਲੱਗੀ ਹੈ? ਅਜੇ ਕੁੱਕਣੀ ਸੋਫਟ ਤਰੀਕੇ ਨਾਲ ਨਾ ਟੁੱਟਦੀ ਪਈ ਹੈ। ਪੱਪੂ ਦੀ ਮਲਾਈ ਨਾਲ ਸਬਜ਼ੀ ਸਿਖਾਉਂਗਾ ਮੈਂ। ਹਾਂ ਪੱਪੂ ਨਾਲ ਮਲਾਈ ਨਾਲ ਖਾਂਦੇ ਨਾ। ਲੋ ਇਹ ਵੀ ਵੱਢ ਦੇ ਤੋ। ਵੱਢ ਦੇ ਤਾ ਉਹ ਨਹੀਂ ਮੇਰੇ ਛੋਟਾ ਜਿਹਾ ਕਿੰਨਾ ਸਿਆਣਾ ਹੈ। ਅੱਛੀ ਬਣੀ ਪੱਪੂ ਕੈਚੀ ਲੱਗੀ? ਅੱਛੀ ਲੱਗੀ। ਬੁਰਕੀ ਵੱਡੀ ਪਾਈ ਕੇ ਕਾਕੇ ਦੇ। ਮੈਂ ਚੈੱਕ ਕਰਾਂ ਸਰ। ਮੇਰੀ ਤਾਂ ਫੇਵਰੇਟ ਹੈ ਅਰਬੀ ਦੀ ਸਬਜ਼ੀ। ਔਰ ਉਹ ਵੀ ਜਦੋਂ ਬਣਦੀ ਹੈ ਨਾ ਸਰੋਂ ਦੇ ਤੇਲ 'ਚ। ਆਹ ਕਿਆ ਸਬਜ਼ੀ ਬਣੀ ਆ, ਨਾਲੇ ਬਿਲਕੁਲ ਗਲ ਗਈ ਹੈ। ਜੇ ਗਲੀ ਨਾ ਹੋਵੇ ਤੇ ਗਲੇ 'ਚ ਲੱਗਦੀ, ਬੱਚਿਆਂ ਕੋਲ ਤਾਂ ਖਾਧੀ ਨਹੀਂ ਜਾਂਦੀ ਹੈਗੀ। ਸਰ ਨਿੰਬੂ ਪਾਉਣ ਦੀ ਜ਼ਰੂਰਤ ਨਹੀਂ, ਅਮਚੂਰ ਪਾਇਆ ਨਾ? ਅਮਚੂਰ ਪਾਇਆ ਨਾ, ਜੇ ਅਮਚੂਰ ਨਾ ਹੋਵੇ ਤਾਂ ਨਿੰਬੂ ਪਾ ਸਕਦੇ ਤੁਸੀਂ। ਬਹੁਤ ਡਿਲੀਸ਼ੀਅਸ ਬਣੀ। ਦੇਖੋ ਪੱਪੂ ਵੀ ਖਾਏਗਾ ਆਪਣੇ ਆਪ। ਪੱਪੂ ਵੀ ਸਵਾਦ ਲੱਗੀ, ਸਵਾਦ ਲੱਗੀ। ਜੇ ਵੀਡੀਓ ਪਸੰਦ ਆਈ ਲਾਈਕ ਤੇ ਔਰ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਵੀਡੀਓ ਕੋ ਲਾਈਕ ਤੇ ਐਂਡ ਤੱਕ ਭੁੱਲਣਾ ਮਤ। ਬਾਏ 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 ਕਰ ਦੋ ਦੋਨੋਂ ਭਾਈ। ਬਾਏ ਕਰੋ। ਬਾਏ। ਲਵ ਯੂ ਲਵ ਯੂ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਲਾਈਕ ਕਰੋ, ਨਾਲੇ ਸ਼ੇਅਰ ਕਰੋ ਵੀਡੀਓ ਨੂੰ, ਅਤੇ ਜਿਹੜੇ ਨਵੇਂ ਵਿਊਅਰ ਵਾਚ ਕਰ ਰਹੇ ਹੋ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ। ਜਿਹੜੀ ਸਕਰੀਨ 'ਤੇ ਵੀਡੀਓ ਚੱਲ ਰਹੀ ਹੈ ਤੁਸੀਂ ਉਹਨੂੰ ਕਲਿੱਕ ਕਰਕੇ ਨੈਕਸਟ ਵੀਡੀਓ ਨੂੰ ਵਾਚ ਕਰ ਸਕਦੇ ਹੋ। ਥੈਂਕ ਯੂ।